ਖੁੱਲਾ ਕਰ ਲੋ ਬਾਈ ਘੇਰਾ ਬਾਹਰ ਆਇਆ ਸਿੱਧਾ ਰਹਿੰਦੇ ਲੰਘ ਜਾਣਾ ਮੈਂ ਇੱਥੇ ਦੋਨੋਂ ਪਸੈਮ ਕਰੋ ਰਾਮ ਆ ਸੀਗਾ ਰਾਮ ਇੱਥੇ ਗੋਲੇ ਹੈ ਚੈਸ ਕਰਦੇ ਆ ਜਾਓ ਆ ਗਿਆ ਕੋਈ ਨਾ ਰਾਮ ਆ ਜਾ ਭਾਈ ਪਹਿਲਾਂ ਤਾਂ ਸਾਰੇ ਸਰਬਸੰਮਤੀ ਤੇ ਰਾਜੀ ਹੈ। ਹਾਂਜੀ 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 ਆਪਾਂ ਸਾਰੇ ਗੁਰੂ ਘਰ ਆਏ ਆ ਤੇ ਸਾਰੇ ਸੱਚੋ ਮਨੋ ਜਿਹੜਾ ਫੈਸਲਾ ਕਰਾਂਗੇ ਪੂਰਾ ਦਿਲ ਲਾ ਕੇ ਕਰਾਂਗੇ। ਕਿਸੇ ਨੇ ਇਹ ਜੀ ਗੱਲ ਨੀ ਰੱਖਣੀ ਇੱਥੇ ਆਪਾਂ ਗੱਲ ਕਰ ਦਈਏ ਤੇ ਬਾਹਰ ਜਾ ਕੇ ਉਂਗਲਾਂ ਲਾਈ ਜਾਗੇ। ਜੇ ਕੋਈ ਚਾਹ ਪਾਣਾ ਉਹ ਆਪਦਾ ਇੱਥੇ ਆ ਕੇ ਦੱਸ ਸਕਦਾ ਭਾਈ, ਚਾਹੇ ਕਿਸੇ ਨੂੰ ਇਤਰਾਜ਼ ਆ ਆਪਾਂ ਫੇਰ ਅਗਲੀ ਗੱਲ ਕਰਾਂਗੇ। ਬਾਈ ਜੀ ਮੈਨੂੰ ਮੇਰੇ ਕਹਿ ਇਤਰਾਜ਼ ਆ ਜੀ, ਨਹੀਂ ਉਹ ਪੈਸੇ ਲਾਉ ਨਾ ਕੋਈ ਨੀ ਤੂੰ ਲਾਉਣੇ, ਕੋਈ ਬੋਲੀ ਬੋਲੀ ਨਹੀਂ ਜੇ ਕੋਈ ਜਗੀਰ ਥੋੜੀ ਆ ਵੀ ਜਿਹੜਾ ਪੈਸੇ ਵਾਲਾ ਜਿੱਤੂਗਾ, ਬੰਦਾ ਵੀ ਹੋਣਾ ਚਾਹੀਦਾ ਜੀ ਇਮਾਨਦਾਰ ਤੇ ਸੂਝਵਾਨ। ਨਹੀਂ ਚਲੋ ਉਹ ਕੋਈ ਗੱਲ ਵੱਖਰੀ ਹੈ, ਕੋਈ ਗੱਲ ਨਹੀਂ ਸੁਣ ਚਲੋ ਮੇਰੇ ਗੱਲ ਦੀ ਗੱਲ ਨਹੀਂ ਸਹੀ ਉਹ ਇਹਨਾਂ ਦਾ ਇਤਰਾਜ਼ ਆ ਗਿਆ 3,00,000 ਰੁਪਇਆ ਚੰਦੀ ਦੇ ਕਿਹਾ ਭਾਈ ਮੇਰੇ ਪਤਾ ਸਹੀ ਨਾ ਲੱਗਾ ਸੀ ਕਹਿੰਦੇ ਪਹਿਲਾਂ ਗੋਲ 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 ਕਿੱਥੇ ਨਗਰ ਕਹੂਗਾ ਪੈਸੇ ਗੁਰੂ ਘਰ ਰੱਖੂਗਾ ਉਹ ਕਾਗਜ ਭਰਨ ਤੋਂ ਪਹਿਲਾਂ ਨਗਦ, ਠੀਕ ਹੈ ਅੱਧੇ ਪੈਸੇ ਅੱਜ ਦੇਊਗਾ ਨਗਦ, ਅੱਧੇ ਪੈਸੇ ਦੇਊਗਾ ਆਪਾਂ ਨੂੰ ਜ਼ਿੰਮੇਦਾਰੀ ਚ ਗੁਰੂ ਘਰ ਰੱਖੂਗਾ। ਕਿਦੋਂ ਕਾਗਜ ਕਿਸੇ ਨੇ ਬਰਾਬਰ ਨਾ ਭੇਜੇ ਭਰੇ ਇਹਦੇ ਉਹ ਸਾਰੇ ਪੈਸੇ ਆਪਣੇ ਸਾਂਝੇ ਬੰਦੇ ਕਮੇਟੀ ਬਣਾਓ ਕਿਸੇ ਆੜਤਕੇ ਚ ਰਖਾਓ ਸਾਰੇ ਉਹ ਉੱਥੇ ਰੱਖੂਗਾ। 25,00,000 ਰੁਪਇਆ ਇਹ ਅੱਜ ਦੇਊਗਾ ਨਗਦ। ਹੁਣ ਭਾਈ ਫਿਕਰ ਦੱਸ ਤੂੰ ਤੇਰਾ ਬੋਲ ਕੇ ਕੀ ਅੱਗੇ ਕਿ ਨਹੀਂ ਵੀ ਕਿੰਨੇ 50,00,000 ਰੁਪਇਆ ਲਾ ਲਿਆ ਭਾਈ, 25,00,000 ਅੱਜ ਨਗਦ ਦੇਊ। ਮੁੰਡਾ ਦਿਖਾ ਦੋ ਭਾਈ ਪਹਿਲਾਂ ਇੱਧਰ ਮੁੰਡਾ ਦਿਖਾ ਦੋ।
ਬਿੱਕਰ ਦਾ ਭਾਈ 60 ਲੱਖ ਰੁਪਇਆ ਤੇ ਉਹ ਭਾਈ ਬਿੱਕਰਾ 25 ਲੱਖ 30 ਲੱਖ ਰੁਪਇਆ ਅੱਜ ਦੇਣਾ ਪਊਗਾ। 30 ਲੱਖ ਰੁਪਇਆ ਆੜਤੀਆਂ ਦੇ ਵਿੱਚ ਪਹਿਲਾਂ ਚੈੱਕ ਦੇ ਕੇ ਜੇ ਤੇਰੇ ਬਰਾਬਰ ਕੋਈ ਕਾਗਜ਼ ਭਰੂਗਾ ਪਾਰਟੀ ਦਾ ਵੀ ਕੋਈ ਵੀ ਇੱਥੇ ਕਿੰਨੇ ਬੰਦੇ ਆਪਾਂ ਠੀਕ ਹੈ ਉਹ ਤੂੰ ਮਗਰੋਂ ਦੇਣੇ ਆ ਕਦੋਂ ਕਾਗਜ਼ ਕਲੀਅਰ ਹੋਊਗੇ। 30 ਲੱਖ ਰੁਪਇਆ ਹੁਣ ਨਕਦ ਦੇਣਾ ਪਊ। ਪਿੰਡ ਦੇ ਕਿਹੜਾ ਪਿੰਡ ਦਾ ਫੈਸਲਾ ਕਿਹੜਾ ਉਹ ਸਾਂਝੇ ਤਾਂ ਲਾਉਣੇ ਆ ਇਹ ਨੀ ਵੀ ਇੱਕ ਜਣਾ ਤੂੰ ਕਹਿ ਮੈਂ ਤਾਂ ਇੱਥੇ ਲਾਊਂਗਾ। ਇੱਕ ਮਿੰਟ ਬਾਈ ਇਹ ਕਿਹੜੇ ਕੰਮਾਂ ਤੇ ਪੈਸੇ ਲਾਉਣ ਨੂੰ ਆਉਂਦੇ ਆ ਵਾਹਿਗੁਰੂ ਜੀ ਕੀ ਫਤਿਹ। ਬਾਈ ਆਹ ਆਪਣੇ ਕੋਲੇ ਮੁੰਡੇ ਵੀ ਆਏ ਸੀਗੇ ਪਹਿਲਾ ਕੰਮ ਤਾਂ ਹੈਗਾ ਪਿੰਡ ਚ ਗਰਾਊਂਡ ਦਾ ਇਹ ਤਾਂ ਰਾਮਬਰਗ ਨੂੰ ਪਹਿਲਾਂ ਬਾਈ ਖੁੱਲੀ ਛੂਟ ਹੀ ਦਿੱਤੀ ਜਾਵੇ ਜਿੰਨਾ ਪੈਸਾ ਗਰਾਊਂਡ ਤੇ ਲਾਉਣਾ ਚਾਹੁੰਦੇ ਆ ਵੀ ਪਹਿਲਾਂ ਗਰਾਊਂਡ ਤੇ ਲਾਉਣਾ ਕਿਉਂਕਿ ਪਹਿਲਾਂ ਤਾਂ ਜਵਾਨੀ ਹੈ ਸਭ ਤੋਂ ਪਹਿਲਾਂ ਤਾਂ ਫਿਰ ਸਰਕਾਰੀ ਸਕੂਲ ਨੂੰ 5 ਲੱਖ ਰੁਪਇਆ ਦੇਣਾ ਕਿਉਂਕਿ ਪੜ੍ਹਾਈ ਵਾਲੇ ਜਵਾਕਾਂ ਵਾਸਤੇ ਇਹ ਚੀਜ਼ਾਂ ਜ਼ਰੂਰੀ ਆ ਜਵਾਕ ਪੜ੍ਹਦੇ ਆ। ਤੀਜਾ ਬਾਈ ਇੱਕ ਆਪਾਂ ਸੰਸਥਾ ਬਣਾਵਾਂਗੇ 5 ਲੱਖ ਰੁਪਇਆ ਤਾਂ ਪਹਿਲਾਂ ਆਪਾਂ ਉਹ 'ਚ ਦੇਣਾ ਉਹ ਰੱਖਾਂਗੇ ਆਪਾਂ ਪੰਚਾਇਤ ਬੰਨੀ ਹੋ ਬਾਕੀ ਆਪਾਂ ਉਹ ਸੰਸਥਾ ਬਣਾਵਾਂਗੇ ਜੇ ਮੁਲਾਜ਼ਮ ਵੀਰ ਆ ਜਿਹੜੇ ਉਹ ਬਾਈ ਸਾਰੇ ਸਪੋਰਟ ਕਰਦੇ ਆ ਠੀਕ ਆ ਉਹ ਸਾਰੇ ਸਾਲ ਦਾ ਜਿਵੇਂ ਕੋਈ 1500-1500 ਰੁਪਇਆ ਬੰਦੇ ਨੇ ਇਕੱਠਾ ਕਰ ਲਿਆ ਇੱਕ ਮੁਲਾਜ਼ਮਾਂ ਦਾ ਉਹ ਮੇਰੀ ਜ਼ਿੰਮੇਵਾਰੀ ਉਹ ਬੰਦੇ ਸਾਰੇ ਮੁਲਾਜ਼ਮ ਦੇ ਦਿੰਦੇ ਉਹ ਪਹਿਲਾਂ ਵੀ ਇਕੱਠੇ ਕਰਦੇ ਆ ਉਹ 'ਚ ਕੀ ਕਰਾਂਗੇ ਜਿਹੜੇ ਜਵਾਕ ਟੌਪ 'ਤੇ ਆਉਂਦੇ ਆਪਣੇ ਪਿੰਡ ਦੇ ਪਲੱਸ ਟੂ 'ਚ ਉਹਨਾਂ ਨੇ ਅੱਗੇ ਪੜ੍ਹਨਾ ਮੈਂ ਸੁਣਿਆ ਸੀ ਵੀ ਇੱਕ ਦੋ ਜਵਾਕ ਅੱਗੇ ਪੜ੍ਹ ਨਹੀਂ ਪਾਏ ਸੀਗੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਅੱਗੇ ਉਹ ਸੰਸਥਾ ਚੱਕੂਗੀ ਉਹ ਕਮੇਟੀ ਬਣ ਜੂਗੀ ਇੱਕ ਘਰਾਂ ਦੀ ਠੀਕ ਹੈ ਜੀ ਅਤੇ 10 ਲੱਖ ਰੁਪਇਆ ਵਿਹੜੇ ਲਈ ਗਰੀਬ ਬੰਦਿਆਂ ਲਈ ਉਹਨਾਂ ਲਈ ਜਿਵੇਂ ਉਹਨਾਂ ਨੇ ਇੱਕ ਗੱਲ ਚੱਲੀ ਸੀ ਕੱਲ੍ਹ ਵੀ ਉਹਨਾਂ ਨੇ ਕਹਿੰਦੇ ਸੀ ਸਾਨੂੰ ਛੋਟਾ ਮੋਟਾ ਕੋਈ ਪ੍ਰੋਗਰਾਮ ਕਰਨ ਵਾਸਤੇ ਵਿਆਹ ਕਰਨ ਵਾਸਤੇ ਇੱਕ ਛੋਟੀ ਜਿਹੀ ਕੋਈ ਧਰਮਸ਼ਾਲਾ ਬਣਾ ਦਿਓ ਕੋਈ ਕੁਛ ਕਰ ਦਿਓ ਕਨਾਲ 'ਚ ਵੀ ਉੱਥੇ ਸਾਰੇ ਛੋਟੇ ਵੀ ਪ੍ਰੋਗਰਾਮ ਹੋ ਜਾਏ ਕਰਨ ਵਿਆਹ ਸ਼ਾਦੀ ਦੇ ਪ੍ਰੋਗਰਾਮ ਉੱਥੇ ਇਹ ਵਿਹੜੇ ਲਈ 10 ਲੱਖ ਰੁਪਏ ਬਾਕੀ ਜੇ ਉਹ ਜਿੱਥੇ ਕਹਿਣਗੇ ਉਹ ਉੱਥੇ ਲਾ ਦਾਂ ਜਿੱਥੇ ਆਖਣਗੇ ਵਿਹੜੇ ਉਹ 10 ਲੱਖ ਰੁਪਏ ਆਊਗਾ ਠੀਕ ਆ। ਇੱਕ ਜੀ ਹੋਰ ਚੀਜ਼ ਆਖੀ ਹੈ ਜਿਹੜੀ ਲਾਕਡਾਊਨ ਆਪਣੇ ਗਲੀਆਂ 'ਚ ਲੱਗਦੀ ਆ ਇਹ ਕੀ ਹੈ ਸਰਕਾਰੀ ਰੇਟ ਇਹ ਹੁਣ ਆਪਣੇ ਪਤਾ ਆਪਾਂ ਕਿਸੇ ਦਾ ਨਾਂ ਨਹੀਂ ਉਹ ਕਰਦੇ ਵੀ ਕੋਈ 16 ਰੁਪਏ 17 ਰੁਪਏ ਟੈਲ ਪੈਂਦੀ ਆ ਇਹ 'ਚ ਕੀ ਰੱਖਿਆ ਇਹ 'ਚ ਆਪਾਂ 5 ਲੱਖ ਦੀਆਂ ਉਹਦੇ ਸਾਰੇ ਪ੍ਰੋਜੈਕਟ ਸਾਰੇ ਲੈ ਕੇ ਆਵਾਂਗੇ ਆਪਾਂ ਪਿੰਡ 'ਚ ਜਿਹਨੇ ਲੋਕਡਾਊਨ ਆਪਾਂ ਜਿਹੜੀ ਆਪਾਂ ਲਾਉਣੀ ਜਿੱਥੇ ਇੱਕ ਗਲੀਆਂ ਬਣਦੀਆਂ ਆਪਾਂ ਨੂੰ 5-6 ਰੁਪਏ ਪਿਆ ਕਰਨੀ ਹੈ ਟੈਲ ਆਪ ਬਣਾ ਕੇ ਜਿੱਥੇ ਇੱਕ ਗਲੀ ਬਣਨੀ ਹੈ ਉੱਥੇ 3 ਮੰਜਿਆ ਕਰਨਗੀਆਂ ਅਤੇ ਆਪਾਂ ਜਲਦੀ ਤੋਂ ਜਲਦੀ ਪਹਿਲਾਂ ਇਹ ਕੰਮ ਕਰਨਾ ਵੀ ਸਾਰੀਆਂ ਗਲੀਆਂ ਘੱਟੋ ਘੱਟ ਪਹਿਲਾਂ ਪੱਕੀਆਂ ਹੋਣ ਆਪਣੀਆਂ ਟੈਲ ਲੱਗੀ ਹੋਵੇ ਅਤੇ ਬਾਕੀ ਜੇ ਪਿੰਡ 'ਚੋਂ ਕਿਸੇ ਨੂੰ ਚਾਹੀਦੀ ਹੈ ਕਿਸੇ ਨੇ ਘਰੇ ਵੀ ਟੈਲ ਪੱਕਾ ਲਾਉਣੀ ਆ ਉਹਨੂੰ ਨੋ ਪ੍ਰੋਫਿਟ ਨੋ ਲੋਸ 'ਤੇ ਆਪਾਂ ਟੈਲ ਦਿਆ ਕਰਾਂਗੇ ਮਤਲਬ ਉਹ ਤੋਂ ਕੋਈ ਫਾਇਦਾ ਨਹੀਂ ਜਿੰਨੇ ਦੀ ਬਣੀ ਹੈ ਉਹਨੇ ਦੀ ਉਹ ਪਿੰਡ ਵਾਸੀ ਲਏਗਾ ਅਤੇ ਜਿਹੜਾ ਬਾਹਰ ਦਾ ਬੰਦਾ ਜਿਹਨੇ ਲੈ ਕੇ ਜਾਣੀ ਹੈ ਟੈਲ ਉਹ ਬੰਦੇ ਨੂੰ ਆਪਾਂ ਸਰਕਾਰੀ ਰੇਟ 'ਤੇ ਦੇਵਾਂਗੇ ਨੇੜੇ ਦੇ 4-5 ਪਿੰਡਾਂ ਦੇ ਸਰਪੰਚਾਂ ਨਾਲ ਆਪਾਂ ਕਨੈਕਟ ਕਰ ਲਾਂਗੇ ਠੀਕ ਆ ਉਹਨਾਂ ਨੂੰ ਜਿਹੜੀ ਟੈਲ ਚਾਹੀਦੀ ਉਹਨਾਂ ਨੂੰ ਆਪਾਂ ਸਰਕਾਰੀ ਰੇਟ 'ਤੇ ਦੇਵਾਂਗੇ ਅਤੇ ਜੇ ਪਿੰਡ ਨੂੰ ਉਹ ਤੋਂ ਪੈਸੇ ਆਉਣ ਲੱਗ ਜਾਣਗੇ ਆਪਣੇ ਜਿਹੜੇ ਉਹ ਪੈਸੇ ਹੋਣਗੇ ਉਹ ਜਿਵੇਂ ਆਪਣੀ ਕਮੇਟੀ ਹੈ ਕੋਈ ਆਪਣੇ ਪਿੰਡ ਆਖਿਆ ਕਰੂ ਉਸ ਕੰਮਾਂ 'ਤੇ ਲਾ ਦਿਆ ਕਰਾਂਗੇ ਠੀਕ ਹੈ ਜੀ। ਇਸ ਤੋਂ ਬਾਅਦ ਇੱਕ ਹੁਣ ਬੱਸ ਸਟੈਂਡ ਦੀ ਜ਼ਰੂਰਤ ਹੋਣੀ ਆਪਾਂ ਨੂੰ ਇੱਕ ਵਧੀਆ ਬੱਸ ਸਟੈਂਡ ਵਾਸਤੇ ਆਪਾਂ 5 ਲੱਖ ਰੁਪਇਆ ਰੱਖਾਂਗੇ ਠੀਕ ਹੈ ਬਾਕੀ 10 ਲੱਖ ਰੁਪਇਆ ਬਚੂਗਾ ਉਹ ਜਿਵੇਂ ਪਿੰਡ ਆਖੂਗਾ ਕੋਈ ਜਿਹੜੀ ਚੀਜ਼ ਪਹਿਲਾਂ ਲੋੜ ਆ ਜਿਹੜੀ ਕੰਮ ਦੀ ਲੋੜ ਆ ਪਹਿਲਾਂ ਦੀ ਠੀਕ ਆ ਉਹ ਆਪਾਂ ਉਸ ਵਾਸਤੇ ਰੱਖ ਲਾਂਗੇ ਵੀ ਆਹ ਆਪਣੇ 50 ਲੱਖ ਦਾ ਹਿਸਾਬ ਆ ਜੀ ਠੀਕ ਹੈ ਜੀ ਠੀਕ ਹੈ ਵੀ ਆਪਾਂ ਇੱਥੇ ਇੱਥੇ ਪੈਸਾ ਲੱਗ ਰਿਹਾ ਵੀ ਕਰਦਾ ਗੱਲਾਂ ਕਲੀਅਰ ਹੋ ਜਾਣ ਅਤੇ ਇਹ ਜਲਦੀ ਤੋਂ ਜਲਦੀ ਬਣ ਗੁਰੂ ਘਰ ਆਪਾਂ ਤਾਂ ਬੁਲਾਇਆ ਵੀ ਗੁਰੂ ਦੀ ਹਜ਼ੂਰੀ 'ਚ ਕੋਈ ਝੂਠ ਜੇ ਗੱਪ ਮਾਰ ਕੇ ਉਹ ਗੱਲਾਂ ਹੋ ਵੀ ਆਪਾਂ ਉਹੀ ਗੱਲ
ਰਾਜਨੀਤੀ ਚ ਆਈ ਹੁੰਦਾ ਪਹਿਲਾਂ ਕਹਿ ਦਿੰਦੇ ਪਿੱਛੋਂ ਬਣਦਾ ਕੁਛ ਨੀ। ਤਾਂ ਹੀ ਆ ਮੁੰਡੇ ਆਰਾਮ ਵਰਗੇ ਸਾਡੇ ਮੇਰੇ ਕੋਲ ਆਏ ਸੀ, ਕਹਿੰਦੇ ਵੀ ਪਹਿਲਾਂ ਗਰਾਊਂਡ ਬਣਾਓ। ਇਹ ਕੰਮ ਕੀ ਕਰਨਾ ਹੁਣ ਗਰਾਊਂਡ ਵਾਸਤੇ, ਤਾਂ ਜਿਵੇਂ ਆਪਾਂ 15 ਤਰੀਕ ਨੂੰ ਹੋ ਗਿਆ, 16 ਤਰੀਕ ਤੋਂ ਕੰਮ ਗਰਾਊਂਡ ਵਾਲਾ ਤਾਂ ਸ਼ੁਰੂ ਹੋ ਜੇ, ਠੀਕ ਹੈ। ਆਹ ਬਾਕੀ ਜਿਹੜੇ ਆਹ ਸਾਰੇ ਕੰਮ ਸਰਕਾਰੀ ਸਕੂਲ ਨੂੰ ਦੇਣਾ, ਇਹ ਵੀ ਨਾਲ ਦੀ ਨਾਲ ਦਿੱਤਾ ਜਾਊਗਾ ਇਹ ਵੀ, ਠੀਕ ਹੈ। ਆਹ ਸੰਸਥਾ ਮੁਲਾਜ਼ਮ ਇਹ ਜਿਹੜੀ ਆਪਣੀ ਕਮੇਟੀ ਬਣੂਗੀ, 5 ਲੱਖ ਰੁਪਇਆ ਆਪਾਂ ਬੱਚਿਆਂ ਵਾਸਤੇ ਅੱਡ ਰੱਖਾਂਗੇ ਰੱਖਾਂਗੇ ਤਾਂ, ਠੀਕ ਹੈ। ਬਾਕੀ ਜਿਵੇਂ 1500 ਰੁਪਏ ਆਪਾਂ ਮਹੀਨੇ ਦਾ ਸਾਲ ਦਾ ਇਕੱਠਾ ਕੀਤਾ, ਤਾਂ ਘੱਟੋ ਘੱਟ ਆਪਣੇ ਕੋਲ 50,000 ਲੱਖ ਰੁਪਏ ਇਕੱਠਾ ਹੋ ਜਾਏ। ਗੁਰੂ ਬਾਕੀ ਐਨ ਆਰ ਆਈ ਵੀ ਫੰਡ ਦਿਆ ਕਰਨਗੇ ਵੀ ਜਿਹੜੇ ਜਵਾਕ ਆਪਣੇ ਜਿਹੜੇ ਰਹਿ ਜਾਂਦੇ ਪੜ੍ਹਨ ਮੰਨਿਓ, ਕੋਈ ਵੀ ਆ ਬਿਨਾਂ ਜਾਤ ਪਾਤ ਤੋਂ, ਕੋਈ ਵੀ ਕਿਸੇ ਦਾ ਵੀ ਮੁੰਡਾ, ਠੀਕ ਆ, ਜਿਹਨੂੰ ਨਹੀਂ ਸਰਦਾ ਪਿੰਡ ਵੀ ਉਹ ਅੱਗੇ ਪੜ੍ਹ ਲੂਗਾ, ਠੀਕ ਆ। ਜੇ ਕੋਈ ਮੁਲਾਜ਼ਮ ਲੱਗੂ ਕਿ ਉਹ ਕਰੂਗਾ ਪਿੰਡ ਨੂੰ, ਕੋਈ 2 ਰੁਪਏ ਦਊਗਾ, ਕੋਈ ਦਾਨ ਪੁੰਨ ਕਰੂਗਾ, ਇਹ ਗੱਲ ਹੈ, ਠੀਕ ਆ। ਬਾਕੀ ਹੁਣ ਬਾਬਾ ਜੀ ਦੱਸ ਦੇਣ ਵੀ ਭਾਈ ਅਸੀਂ ਆਹ ਪੈਸੇ ਇੱਥੇ ਲਾਵਾਂਗੇ। ਲੱਖਾਂ ਕਰੋੜਾਂ ਦੀਆਂ ਆਈਆਂ ਵੀ ਪੈਸਾ ਉੱਥੇ ਨਾ ਰਹੇ, ਕਹਿੰਦਾ ਮਤਲਬ ਵੀ ਲੱਗੇ। ਹਾਂਜੀ ਮੈਂ ਦੱਸਿਆ ਵੀ ਆਹ ਚੀਜ਼ਾਂ ਕਰਨੀ ਜਗਰਾਜ ਕੇ ਦਾ ਉਹ ਕਹਿੰਦਾ ਵੀ ਕਮੇਟੀ ਬਣਾ ਲਿਓ, ਕਿੱਥੇ ਕਹੋਗੇ 60 ਲੱਖ ਰੁਪਇਆ ਪਿੰਡ ਉੱਥੇ ਲਵਾ ਲਿਓ, 30 ਲੱਖ ਰੁਪਇਆ ਅੱਜ ਚਾਹੇ ਕੱਲ ਨੂੰ ਆਪਾਂ ਨੂੰ ਭੋਲੇ ਕਹਿ ਚ ਆਪਣੇ ਥਰੂ ਕਿਹੜੇ ਬੰਦੇ ਚੁਣਾਂਗੇ ਉਹਨਾਂ ਚ ਰੱਖਿਆ ਜਾਊਗਾ। ਹੁਣ ਹੋਰ ਕੋਈ ਚਾਹ ਬਣਾ ਤਾਂ ਬੋਲ ਸਕਦਾ, ਫੇਰ ਆਏ ਨਾ ਕਹਦੇ ਯਾਰ ਜੇ ਕਿਸੇ ਨੇ ਰਾਏ ਕਰਨੀ ਹੈ ਤਾਂ 15 ਮਿੰਟ ਰਾਏ ਕਰਨ ਨੂੰ ਵੀ ਦਿੰਨੇ ਆ, ਆਪਦੀ ਰਾਏ ਕਰ ਸਕਦੇ ਆ ਪਾਸੇ ਲਿਜਾ ਕੇ। ਨਹੀਂ ਨਹੀਂ ਸਹੀ ਗੱਲ ਹੈ, ਠੀਕ ਹੈ। ਹੁਣ ਲਓ ਮਨਜ਼ੂਰੀ ਫਿਰ ਬਸ ਦੇਖੋ ਭਾਈ ਸਾਰਿਆਂ ਨੂੰ ਮਨਜ਼ੂਰ ਆ ਤਾਂ ਹੱਥ ਖੜੇ ਕਰੋ। ਤੁਸੀਂ ਗੁਰਦੁਆਰੇ ਦੇ ਖੜੇ ਹੋਏ ਝੂਠ ਫਾਣ ਨਹੀਂ ਹੋਣਾ, ਜੇ ਕਿਸੇ ਨੇ ਵੱਧ ਪੈਸੇ ਲਾਉਣੇ ਆ ਤਾਂ ਉਹ ਦੇਖ ਲਓ ਭਾਈ। ਬੋਲੀ ਨਹੀਂ ਹੋਣੀ ਇਹਨਾਂ ਪਤਾ ਨਹੀਂ ਹੁੰਦਾ।
ਭਾਈ ਇੱਕ ਤਾਂ ਮੇਰੀ ਗੱਲ ਸੁਣੋ, ਕਿਹੜੇ ਸਰਪੰਚ ਮੁੰਡੇ ਸੀਗੇ ਉਹ ਬਾਹਰ ਚੁੱਪ ਕਰੋ ਗੱਲ ਚੁੱਪ ਕਰੋ ਉਹ ਚੁੱਪ ਕਰੋ ਸਾਰੇ ਬੰਦੇ, ਦੂਸਰਾ 60 ਲੱਖ ਰੁਪਇਆ ਇੱਥੇ ਆਪ ਹੀ ਤੁਸੀਂ ਹਾਮੀ ਭਰੋ, ਠੀਕ ਹੈ? ਜੇ 60 ਲੱਖ ਨਹੀਂ ਮਨਜ਼ੂਰ ਫਿਰ 50 ਲੱਖ ਤੇ ਕਿਵੇਂ ਮਨਜ਼ੂਰੀ ਕਰੀ ਜਾਓਗੇ ਤੁਸੀਂ? ਹੈ ਕਰੋ ਨਾ, ਆ 60 ਲੱਖ ਦਾ ਵਾਅਦਾ ਜੇ ਹੋਰ ਕਿਸੇ ਨੂੰ ਲੱਗਦਾ। ਓਏ ਇੱਕ ਮਿੰਟ ਗੱਲ ਸੁਣੋ, ਇੱਕ ਹੋਰ ਗੱਲ ਕਰਦਾ ਭਾਈ, ਕਿਹੜੇ ਉੱਠਣ ਦੇ ਚਾਹ ਬਣ ਸੀ ਤਾਰੀ, ਤੂੰ ਜੇ ਸਰਬ ਸੰਮਤੀ ਹੁੰਦੀ ਕਾਗਜ਼ ਭਰੇਗਾ ਉਹ ਕਿੱਥੇ ਮੁੰਡਾ ਦੀਪ ਬੈਠਾ? ਦੀਪ ਤੂੰ ਦੱਸ ਬਾਈ। ਬਾਈ ਜੀ ਗੱਲ ਹੈਗੀ ਇੱਕ, ਹੁਣ ਤਾਂ ਚੱਲ ਪੈਸੇ ਲੱਗ ਜਾਣਗੇ, 5 ਸਾਲ ਲੋਕਾਂ ਨੇ ਵਰਤਣਾ, ਪੈਸੇ ਮਿਹਣਾ ਨੀ ਲੱਗਦਾ। ਮੈਂ ਨੀ ਕਹਿੰਦਾ ਮੈਂ, ਮੇਰੇ ਕੋਲ ਹੈਗੇ ਨਾ, ਮੈਂ ਦੇਵਾਂ, ਦੇ ਵੀ ਨੀ ਸਕਦਾ। ਜੇ ਇਹਦੇ ਸੰਮਤੀ ਹੁੰਦੀ ਆ ਬਾਈ ਕਰ ਦਿਓ, ਪੈਸੇ ਮੈਂ ਪੈਸੇ ਨੂੰ ਤਾਂ ਐਵੇਂ ਤਾਂ ਦਿੰਦੇ ਨੀ। ਪਹਿਲੀ ਗੱਲ, 5 ਸਾਲ ਲੋਕਾਂ ਨੇ ਘਰਾਂ ਚ ਵੀ ਜਾਣਾ, 50 ਲੱਖ ਉਹ ਗੱਲ ਨੀ, ਬੰਦਾ ਵੀ ਦੇਖਣਾ ਭਜਦੇ ਆ 60 ਲੱਖ ਤੋਂ, ਇਹ ਚ ਬੇਇੱਜ਼ਤੀ ਤੁਹਾਡੀ ਵੀ ਹੈ। ਨਹੀਂ ਬਾਈ, 5 ਸਾਲ ਲੋਕਾਂ ਨੇ ਜਾਣਾ, ਪਿੰਡ ਦਾ ਬੰਦਾ ਨੇ ਦੇਖਣਾ। 5 ਸਾਲ ਕੋਈ ਗੱਲ ਤਾਂ ਸੁਣਾ, ਮੈਂ ਨਹੀਂ ਕਹਿੰਦਾ ਵੀ ਮੇਰੇ ਕੋਲ ਕੋਈ ਲੋੜ ਦਾ ਤਾਂ ਕੋਈ ਨਹੀਂ, ਸਹਿਮਤੀ ਕਰ ਲੈ। ਕਰੋ ਹੱਥ ਖੜੇ ਕਰੋ।
ਪਰ ਪੈਸੇ ਦੀ ਗੱਲ ਇੱਥੇ ਆ ਰਹੀ ਆ ਵੀ ਹੁਣ ਪੈਸੇ ਦਾ ਜਿਵੇਂ ਕੋਈ ਹਿਸਾਬ ਕਿਤਾਬ ਮਾਈਨ ਕਹਿੰਦਾ ਕਿਸੇ ਹਿਸਾਬ ਕਿਤਾਬ ਮੰਗੋ ਪਰ ਪੈਸਾ ਸਹੀ ਜਗ੍ਹਾ ਲੱਗਣਾ ਚਾਹੀਦਾ। ਉਸ ਤੋਂ ਬਾਅਦ ਸਾਡੇ ਤਰਫੋਂ ਇਹ ਆ ਸਰਕਾਰੀ ਜ਼ਮੀਨ ਦੇ ਨਾਲ ਲੱਗਦੀ ਆ, ਹੁਣ ਤੁਹਾਡੇ ਕੋਲ ਗਰਾਊਂਡ ਨੂੰ ਕੋਈ ਜਗ੍ਹਾ ਹੈ ਤਾਂ ਨਹੀਂ ਕਿਤੇ, ਨਹੀਂ ਦੱਸੋ ਕੋਈ ਹੈ, ਨਹੀਂ ਹੈ ਨਹੀਂ ਜੀ, ਕਿਤੇ ਜਗ੍ਹਾ ਨਹੀਂ ਗੀ। ਉਹਦੇ ਨਾਲ ਲੱਗਦੀ ਸੇਕ ਨਾਲ ਮੇਰੀ ਹੈ, ਸੇਕ ਨਿੱਕੇ ਸ
ਉਹੀ ਤਾਂ ਗੱਲ ਆ, ਬਾਅਦ ਕੀ ਕਰਾਂਗੇ, ਬਾਅਦ ਕੀ ਕਰਨ, 10 ਸਾਲਾਂ ਬਾਅਦ ਕੀ ਕਰਾਂਗੇ, 10 ਸਾਲਾਂ ਬਾਅਦ ਗਰਾਊਂਡ ਪਾਈ ਜਾਣਗੇ, 10 ਸਾਲਾਂ ਬਾਅਦ ਬੈਠਾ ਹੁੰਦੇ ਗਰਾਊਂਡ, ਸਰਕਾਰੀ ਨਿੰਮਾ, ਸਰਕਾਰੀ ਪੰਚਾਇਤੀ ਜਗ੍ਹਾ ਆਈ ਸਰਕਾਰੀ ਨਿੰਮਾ। ਅਗਲੀ ਗੱਲ ਵੀ ਸੁਣ ਲਓ, ਕੋਈ ਨੀ, ਇੱਕ ਵਾਰੀ ਗੱਲ ਸੁਣ ਲਿਆ ਕਰੋ, ਉਦੋਂ ਬਾਅਦ ਆਪਦਾ ਨਤੀਜਾ ਦੇ ਦਿਆ ਕਰੋ। ਰੌਲਾ ਪੈਂਦਾ ਨਾ ਕਿਸੇ ਦੀ ਗੱਲ ਕਿਸੇ ਨੂੰ ਨੀ ਸੁਣਦੀ। ਜੇ ਕਿਸੇ ਵੀ ਬੰਦੇ ਦੀ ਸਰਬਸੰਮਤੀ ਹੁੰਦੀ ਹੈ, ਸਰਕਾਰ ਹੀ ਦਿੰਦੀ ਹੈ, ਹਾਂ ਗਰਾਊਂਡ ਦਿੰਦੀ ਹੈ, ਸਟੇਡੀਅਮ ਜਾਂ ਗਰਾਊਂਡ ਦਿੰਦੀ ਹੈ, ਕਿਉਂ ਮੱਥਾ ਮਾਰਦੇ ਨਾ? ਕੁਝ ਹੋਰ ਕਰੋ, ਜਾਂ ਤਾਂ ਵੋਟਾਂ ਚ ਨਿਬੜੂਗਾ ਜਾਂ ਸਰਬਸੰਮਤੀ ਨਾਲ ਨਿਬੜਾ, ਪੈਸੇ ਦੇ ਪਾਸੇ ਵੇਚੋ ਨਾ ਮਿਲੂਗਾ। ਜੇ ਵਿਕਦਾ ਤਾਂ ਇੱਕ ਇੱਕ ਬੰਦਾ ਪੈਸੇ ਲੈ ਕੇ ਜਾਂਦਾ ਤੁਹਾਡੇ ਚੋਂ, ਇੱਕ ਇੱਕ ਬੰਦਾ ਪਾਣੀ ਦਿੱਤਾ ਟਾਣੀ ਨੂੰ, ਜਿਹੜਾ ਸਰਬਸੰਮਤੀ ਬਣਾਉਣੇ ਕਿਸੇ ਨੂੰ ਬਣਾਓ, ਅਸੀਂ ਉਧਰ ਹੁਮਾਇਤੀ ਮੈਂਬਰ ਬਣਾਉਣ ਵਿੱਚ ਸਰਪੰਚ ਕੋਈ ਮਰਜ਼ੀ ਬਣੀ ਜਾਵੇ ਨਾ ਬਣੀ ਜਾਵੇ, ਤੈਨੂੰ ਪਾਣੀ ਮਿਲ ਜੂਗਾ। ਆਪਣੇ
ਰਾਮ ਦਾ ਚੰਦ ਹੋਰ ਸਾਧ ਸੰਗਤ ਜੀ।
ਬਾਈ ਫਿਰ ਮਨਜ਼ੂਰ ਹੈ 60 ਲੱਖ ਰੁਪਏ ਦਿੰਦਾ ਯਾਰ ਕੋਈ ਕੰਮ ਹੋ ਜਾਏ ਰੌਲਾ ਦਾ ਪਾੜ ਦੇ ਕੰਨੂ 60 ਲੱਖ ਚ ਮਨਜ਼ੂਰ ਹੈ ਮਨਜ਼ੂਰ ਹੈ ਸਾਰੇ ਬੋਲ ਯਾਰ ਕੋਈ ਗੰਦ ਕੱਢੀ ਜਾਂਦੇ ਆ ਕੋਈ ਬੋਲ ਨਹੀਂ ਬਾਈ ਗੱਲ ਆ ਕਿਰਾਏ ਕੀ ਲੈਣਾ ਕਰਵਾ ਦੇ ਬਿਨਾ ਪੈਸਿਆਂ ਤੋਂ ਕਰਨੀ ਤਾਂ ਮੈਨੂੰ ਬਿਨ ਪੈਸਿਆਂ ਤੋਂ
ਬੋਲੋ 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 ਲੈਂਡਰ ਬੋਰਡਿੰਗ ਦੇਖੋ ਮੈਨੂੰ ਤਾਂ ਵੋਟਾਂ ਹੀ ਪੈਣੀਆਂ ਕੀ ਕਹਿੰਦੇ ਹੁਣ।